ਜਿੰਨੇ ਵੀ ਆਉਂਦੇ ਨੇ ਪੇਸ਼ੈਂਟ ਆਉਂਦੇ ਨੇ ਕਾਫੀ ਫੋਰਨ ਤੋਂ ਆ ਰਹੇ ਨੇ, ਠੀਕ ਆ ਜੀ, ਉਹ ਸਾਰੇ ਆਣ ਕੇ ਇਹਦੇ ਇੱਥੋਂ ਪ੍ਰਸ਼ਾਦ ਲਿਆ ਕੇ ਜਾਂਦੇ ਨੇ, ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਕਿ ਇੱਥੋਂ ਤੱਕ ਵੀ ਡਾਕਟਰ ਹੈਰਾਨ ਹੋ ਗਏ ਨੇ, ਵੀ ਡਾਕਟਰ ਵੀ ਹੈਰਾਨ ਹੋ ਗਏ ਨੇ ਵੀ ਇਹ ਜੋਧੇ ਘਿਓ ਦੇ ਵਿੱਚ ਕੀ ਆਪਣਾ ਸ਼ਕਤੀ ਵਰਤਦੀ ਆ, ਠੀਕ ਆ ਜੀ, ਪੇਸ਼ੈਂਟ ਲਾਉਂਦੇ ਨੇ ਪ੍ਰਸ਼ਾਦ ਠੀਕ ਹੋਈ ਜਾਂਦੇ ਨੇ। ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਦੇ ਮੁੱਖ ਤੋਂ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾ ਰਹੇ ਨੇ, ਅਸ਼ਟਪਦੀਆਂ ਪੜ੍ਹੀਆਂ ਜਾ ਰਹੀਆਂ ਨੇ, ਗੁਰਬਾਣੀ ਪੜ੍ਹੀ ਜਾ ਰਹੀ ਹੈ। ਇਹ ਮਨਮੋਹਕ ਜਿਹੜਾ ਕਿ ਉਸ ਪਰਮਾਤਮਾ ਨਾਲ ਜੋੜਨ ਵਾਲਾ ਦ੍ਰਿਸ਼ ਹੈ। ਬੜੀ ਦੁਨੀਆ ਦੇ ਦੁੱਖ ਦੂਰ ਹੋਏ, ਸਭ ਕੁਛ ਦਿੱਤਾ ਬਾਬਾ ਜੀ ਨੇ। ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਇਕੱਲੀ ਸੀ ਅਤੇ ਮੈਨੂੰ ਬਾਬਾ ਜੀ ਨੇ ਇਸ ਮੁਕਾਮ 'ਤੇ ਖੜ੍ਹਾ ਕੀਤਾ ਜਿੱਥੋਂ ਤੱਕ ਕਿ ਮੈਂ ਸੋਚਿਆ ਵੀ ਨਹੀਂ ਸੀ। ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਦੇਸੀ ਘਿਓ ਲੈ ਦੀਆਂ ਜਿਹੜੀਆਂ ਛੋਟੇ ਛੋਟੇ ਸ਼ੀਸ਼ੀਆਂ, ਜਿੰਨਾ ਵੀ ਕਿ ਜਿਸ ਨੂੰ ਚੰਗਾ ਲੱਗਦਾ ਸੇਵਾ ਲੱਗਦੀ ਹੈ ਉਹ ਆਪਣੀ ਸੇਵਾ ਇਸ ਦੇ ਵਿੱਚ ਪਾਉਂਦਾ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਸੇਵਾਦਾਰ ਲੱਗੇ ਹੋਏ ਨੇ, ਸੇਵਾਦਾਰਾਂ ਵੱਲੋਂ ਘਿਓ ਜਿਹੜੀ ਕਿ ਘਿਓ ਦੀ ਸੇਵਾ ਜਿਹੜੀ ਕਿ ਲੈ ਕੇ ਆਉਂਦੇ ਨੇ ਉਸ ਘਿਓ ਨੂੰ ਜੋਧ ਦੇ ਵਿੱਚ ਪਾਇਆ ਜਾਂਦਾ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਨੂੰ ਵੀ ਪ੍ਰਸ਼ਾਦ ਦੇ ਰੂਪ ਵਿੱਚ ਦੇਸੀ ਘਿਓ ਦਿੱਤਾ ਜਾਂਦਾ ਹੈ, ਛੋਟੀ ਛੋਟੀਆਂ ਥੈਲੀਆਂ ਦੇ ਵਿੱਚ ਇਹ ਦਿੱਤਾ ਜਾਂਦਾ। ਸੋ ਗੱਲਬਾਤ ਕਰਾਂਗੇ ਸੰਗਤ ਦੇ ਨਾਲ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸੰਗਤ ਜੀ, ਤੁਸੀਂ ਇੱਥੇ ਸੇਵਾ ਕਰਦੇ ਹੋ ਜੋਤ ਦੀ, ਤਾਂ ਬੜਾ ਮਨਮੋਹਕ ਦ੍ਰਿਸ਼ ਹੈ। ਸਭ ਤੋਂ ਪਹਿਲਾਂ ਤਾਂ ਜਿਹੜੇ ਗੁਰਬਾਣੀ ਪਾਠ ਸਰਵਣ ਕਰ ਰਹੀਆਂ ਨੇ, ਬਾਣੀ ਪੜ੍ਹ ਰਹੀਆਂ ਨੇ ਸੰਗਤਾਂ, ਸੋ ਕੀ ਕਹਿਣਾ ਚਾਹੋਗੇ? ਕਿਉਂਕਿ ਜੋਤ ਦੇ ਲਈ ਇੱਥੇ ਦੇਸੀ ਘਿਓ ਵੀ ਸੰਗਤ ਚੜ੍ਹਾਉਂਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਸਾਧ ਸੰਗਤ ਪਿਆਰੀ ਜੀ। ਇੱਥੇ ਬਾਬਾ ਦੀਪ ਸਿੰਘ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਸਾਡੇ ਇੰਚਾਰਜ ਸਾਹਿਬ ਮੈਨੇਜਰ ਸਾਹਿਬ ਦਾ ਪ੍ਰਬੰਧ ਜਿਹੜਾ ਇਹ ਸ਼ੁੱਕਰਵਾਰ ਤੋਂ ਹੀ ਸਟਾਰਟ ਹੋ ਜਾਂਦਾ ਹੈ ਅਤੇ ਐਤਵਾਰ ਵਾਲੇ ਦਿਨ ਚੁਪਹਿਰਾ ਸਾਹਿਬ ਕੱਟਿਆ ਜਾਂਦਾ ਹੈ। ਅਤੇ ਮਤਲਬ ਕਿ ਬਹੁਤ ਮਤਲਬ ਕਿ ਕਮੇਟੀ ਵੱਲੋਂ ਉਹਨਾਂ ਨੇ ਬਹੁਤ ਪ੍ਰਬੰਧ ਕੀਤਾ ਹੁੰਦਾ ਗੁਰਦੁਆਰੇ ਵਾਸਤੇ। ਜਿਹੜਾ ਦੇਖਿਆ ਜਾਵੇ ਤਾਂ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਕਿਰਪਾ ਹੈਗੀ ਆ ਅਤੇ ਜੋਤ ਦਾ ਘਿਓ ਜਿਹੜਾ ਮਤਲਬ ਕਿ ਜੇ ਕਿਸੇ ਨੂੰ ਦੁੱਖ ਤਕਲੀਫ ਆ ਅਤੇ ਉਹਦਾ ਘਿਓ ਜਦੋਂ ਅਸੀਂ ਆਪਣੇ ਸਰੀਰ ਜੇ ਕਿਤੇ ਕਿ ਕੋਈ ਵੀ ਬਿਮਾਰੀ ਆ। ਬੜੀ ਦੁਨੀਆ ਦੇ ਦੁੱਖ ਦੂਰ ਹੋਏ, ਸਭ ਕੁਛ ਦਿੱਤਾ ਬਾਬਾ ਜੀ ਨੇ। ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਇਕੱਲੀ ਸੀ ਅਤੇ ਮੈਨੂੰ ਬਾਬਾ ਜੀ ਨੇ ਇਸ ਮੁਕਾਮ 'ਤੇ ਖੜ੍ਹਾ ਕੀਤਾ ਜਿੱਥੋਂ ਤੱਕ ਕਿ ਮੈਂ ਸੋਚਿਆ ਵੀ ਨਹੀਂ ਸੀ। ਅਤੇ ਮੈਨੂੰ ਬਾਬਾ ਜੀ ਨੇ ਆਪਣੇ ਮਤਲਬ ਕਿ ਮੈਨੂੰ ਬਹੁਤ ਦੁੱਖ ਨੇ ਅਤੇ ਮੈਂ ਬਹੁਤ ਜ਼ਿੰਦਗੀ ਦੇ ਵਿੱਚ ਸਟਰਗਲ ਕੀਤਾ ਅਤੇ ਜਿੱਥੋਂ ਤੱਕ ਕਿ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਕੁਛ ਆ ਅਤੇ ਮੈਨੂੰ ਬਾਬਾ ਜੀ ਨੇ ਬਹੁਤ ਕੁਛ ਦਿੱਤਾ। ਅਤੇ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ, ਇਹਨਾਂ ਨਾਲ ਗੱਲ ਕਰ ਲਓ। ਠੀਕ ਹੈ ਜੀ, ਹੋਰ ਵੀ ਸੰਗਤ ਇੱਥੇ ਆਈ ਹੈ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਜਿਹੜੀ ਕਿ ਸੰਗਤ ਜਿਹੜੀ ਕਿ ਜਿਨ੍ਹਾਂ ਦੀਆਂ ਮਨੋਕਾਮਨਾਵਾਂ ਜਿਹੜੀ ਕਿ ਇੱਥੇ ਪੂਰੀਆਂ ਹੁੰਦੀਆਂ ਨੇ, ਸੋ ਸੰਗਤ ਇੱਥੇ ਪਹੁੰਚੀ ਹੋਈ ਹੈ, ਗੱਲਬਾਤ ਕਰਾਂਗੇ ਸੰਗਤ ਦੇ ਨਾਲ। ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ। ਛੋਟੇ ਛੋਟੇ ਜਿਹੜੇ ਕਿ ਡੱਬੀਆਂ ਦੇ ਵਿੱਚ ਦੇਸੀ ਘਿਓ ਲਿਆ ਜਾਂਦਾ, ਸੋ ਜੋਤ ਦੇ ਵਿੱਚ ਪਾਉਣ ਦੇ ਲਈ, ਸੋ ਸੰਗਤਾਂ ਇੱਥੇ ਪਹੁੰਚੀਆਂ ਨੇ। ਸੋ ਸੰਗਤ ਇੱਥੇ ਮੌਜੂਦ, ਉਹਨਾਂ ਨਾਲ ਗੱਲਬਾਤ ਕਰਾਂਗੇ। ਵਾਹਿਗੁਰੂ ਖਾਲਸਾ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋਤ ਦੇ ਵੇਲੇ ਤੁਸੀਂ ਸੇਵਾ ਕਰ ਰਹੇ ਹੋ ਅਤੇ ਜੋਤ ਜਿਹੜੀ ਕਿ ਜਗਾਉਣ ਲਈ ਦੇਸੀ ਘਿਓ ਜਿਹੜੇ ਕਿ ਲੋਕ ਸੰਗਤ ਲੈ ਕੇ ਆਉਂਦੀ ਆ, ਕੀ ਕਹਿਣਾ ਚਾਹੋਗੇ? ਕਿੰਨੀਆਂ ਕੁ ਮਨੋਕਾਮਨਾਵਾਂ ਇੱਥੇ ਪੂਰੀਆਂ ਦੀਆਂ, ਆਸਾਂ ਮੁਰਾਦਾਂ ਪੂਰੀਆਂ ਦੀਆਂ। ਕਿਸੇ ਨੂੰ ਦੁੱਖ ਤਕਲੀਫ ਹੁੰਦੀ, ਹਰ ਕੋਈ ਲਾਉਂਦਾ ਤਾਂ ਆਪਣੀ ਆਸ ਮੁਰਾਦ ਪੂਰੀ ਹੁੰਦਾ, ਦੁੱਖ ਦੂਰ ਹੋ ਜਾਂਦੇ ਸਭ ਦੇ। ਵਾਹਿਗੁਰੂ ਜੀ, ਸੰਗਤ ਦੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ, ਘਿਓ ਲੈ ਕੇ ਜਾਂਦੇ, ਇਹ ਘਿਓ ਨੂੰ ਕਿਵੇਂ ਦਿੰਦੇ ਹੋ ਤੁਸੀਂ? ਕਿੰਨੇ ਕਿੰਨੀਆਂ ਜਿਵੇਂ ਕਿ ਛੋਟੇ ਛੋਟੇ ਗੱਠੀਆਂ ਬਣਾ ਕੇ ਦਿੰਦੇ ਹੋ ਲਿਫਾਫੇ ਵਿੱਚ? ਥੋੜ੍ਹਾ ਥੋੜ੍ਹਾ ਪ੍ਰਸ਼ਾਦ ਸਭ ਨੂੰ ਦੇਈਦਾ, ਸਾਰੇ ਆਪਣੇ ਲਾਉਂਦੇ। ਜਿੱਥੇ ਜਿੱਥੇ ਕਿਸੇ ਨੂੰ ਦੁੱਖ ਹੋਵੇ, ਹਰ ਕਿਸੇ ਦਾ ਦੁੱਖ ਕੱਟਿਆ ਜਾਂਦਾ। ਵਾਹਿਗੁਰੂ ਜੀ,
ਸਾਨੂੰ ਆਪ ਬੜਾ ਕੁਛ ਬਾਬਾ ਜੀ ਨੇ ਦਿੱਤਾ। ਬਾਬਾ ਜੀ ਬਾਬਾ ਜੀ ਦੇ ਘਰ ਉਹਨੇ ਸੇਵਾ ਕਰਦੇ, ਬਾਬਾ ਜੀ ਨੇ ਇੰਨਾ ਕੁਛ ਦਿੱਤਾ ਸੀ ਨਾ, ਕੱਖਾਂ ਲੱਖਾਂ ਤੋਂ ਕੱਖਾਂ ਕਰਤਾ ਬਾਬਾ ਜੀ ਨੇ, ਇੰਨਾ ਕੁਛ ਦੇ ਦਿੱਤਾ ਬਾਬਾ ਜੀ ਨੇ, ਦੱਸ ਹੀ ਨਹੀਂ ਸਕਦੇ ਵਾਹਿਗੁਰੂ ਜੀ ਜਿੰਨਾ। ਕੋਈ ਆਪਣੇ ਜੀਵਨ ਦੇ ਵਿੱਚ ਜੋ ਪਰਮਾਤਮਾ ਨੇ ਤੁਹਾਡੀ ਆਸ ਪੂਰੀ ਕੀਤੀ ਹੋਵੇ ਅਤੇ ਵਿਸ਼ਵਾਸ? ਬਾਬਾ ਜੀ ਸਾਡਾ ਬਾਹਰ ਦਾ ਕੰਮ ਨਹੀਂ ਬਣਦਾ ਸੀ ਮੇਰੇ ਹਸਬੈਂਡ ਦਾ, ਇੱਥੋਂ ਆ ਕੇ ਸੇਵਾ ਕਰਕੇ ਬਾਬਾ ਜੀ ਬਾਹਰ ਦੇ ਕੰਮ ਬਣੇ ਸਾਡੇ। ਬਾਬਾ ਜੀ ਬਾਬਾ ਜੀ ਦਾ ਜਿੰਨਾ ਸ਼ੁਕਰਾਨਾ ਕਰਾਂ ਮੈਂ ਉਨਾ ਹੀ ਥੋੜ੍ਹਾ, ਜਿੰਨਾ ਸ਼ੁਕਰਾਨਾ ਕਰਾਂ ਮੈਂ ਉਨਾ ਹੀ ਥੋੜ੍ਹਾ ਬਾਬਾ ਜੀ। ਹੋਰ ਵੀ ਸੰਗਤ? ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਸਾਡੀਆਂ ਬਾਬਾ ਜੀ ਨੇ ਬਹੁਤ ਆਸਾਂ ਮੁਰਾਦਾਂ ਪੂਰੀਆਂ ਕੀਤੀਆਂ ਵਾਹਿਗੁਰੂ ਜੀ, ਇੰਨਾ ਕੁਛ ਦਿੱਤਾ ਕਿ ਅਸੀਂ ਕਹਿ ਨਹੀਂ ਸਕਦੇ ਕੁਛ ਸੰਗਤ ਜੀ, ਜੋ ਵੀ ਮੰਗਿਆ ਵਾਹਿਗੁਰੂ ਨੱਖਾ ਮੀਟ ਕੇ ਸਾਨੂੰ ਦਿੱਤਾ ਵਾਹਿਗੁਰੂ ਜੀ। ਬਾਬਾ ਜੀ ਦੀ ਬੜੀ ਮਿਹਰ ਬੜੀ ਕਿਰਪਾ ਘਰ ਬਾਹਰ ਅਤੇ ਪਰਿਵਾਰ 'ਤੇ ਵਾਹਿਗੁਰੂ ਜੀ, ਉਹਨੇ ਇੰਨਾ ਕੁਛ ਦਿੱਤਾ ਨਾ ਕਿ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਤੱਕ ਵੱਡੇ ਵੱਡੇ ਅਫਸਰ ਬਣਾ ਦਿੱਤਾ ਵਾਹਿਗੁਰੂ ਜੀ। ਇਹ ਕੁਛ ਅਸੀਂ ਮੰਗਿਆ ਵੀ ਨਹੀਂ, ਸੁਪਨਾ ਵੀ ਨਹੀਂ ਵੇਖਿਆ ਜੋ ਸਾਨੂੰ ਬਾਬਾ ਜੀ ਨੇ ਦਿੱਤਾ ਵਾਹਿਗੁਰੂ, ਧੰਨ ਬਾਬਾ ਦੀਪ ਸਿੰਘ ਜੀ ਨੇ, ਧੰਨ ਬਾਬਾ ਦੀਪ ਸਿੰਘ ਜੀ ਨੇ। ਤੁਸੀਂ ਦੇਖਿਆ ਕਿ ਸੰਗਤ ਦੀ ਕਿੰਨੀ ਸ਼ਰਧਾ ਭਾਵਨਾ, ਧੰਨ ਧੰਨ ਬਾਬਾ ਦੀਪ ਸਿੰਘ ਜੀ ਹੀ ਮੁੱਖੋਂ ਤੋਂ ਜਿਹੜਾ ਕਿ ਜਪਦੇ ਨੇ, ਕਿਉਂਕਿ ਇਸ ਦਰ 'ਤੇ ਆ ਕੇ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ, ਸ਼ਰਧਾ ਭਾਵਨਾ ਪੂਰੀਆਂ ਹੁੰਦੀਆਂ ਨੇ। ਸੋ ਗੱਲਬਾਤ ਕਰਾਂ ਜੀ ਬਾਰੇ ਖਾਲਸਾ ਫਤਿਹ ਜੀ। ਸੰਗਤ ਤੁਸੀਂ ਇੱਥੇ ਜਿਹੜਾ ਕਿ ਹਰ ਐਤਵਾਰ ਨੂੰ ਸੰਗਤ ਜਿਹੜੀ ਕਿ ਇੱਥੇ ਸੇਵਾ ਕਰਨ ਲਈ ਵੀ ਪਹੁੰਚਦੀ, ਤੁਸੀਂ ਦੇਖਿਆ ਕਿ ਨੌਜਵਾਨ ਵੱਡੀ ਗਿਣਤੀ ਵਿੱਚ ਇੱਥੇ ਆ ਕੇ ਸੇਵਾ ਕਰਦੇ ਨੇ, ਬਾਣੀ ਪੜ੍ਹੀ ਜਾਂਦੀ ਹੈ, ਬਾਣੀ ਸਰਵਣ ਕੀਤੀ ਜਾਂਦੀ ਹੈ, ਕਿਉਂਕਿ ਸੰਗਤ ਦੀ ਆਸਥਾ ਤੁਸੀਂ ਆਪ ਦੇਖ ਸਕਦੇ ਹੋ। ਇੰਨਾ ਵੱਡਾ ਵਿਲੱਖਣ ਇਕੱਠ ਸੰਗਤ ਦਾ ਇਕੱਠ ਤੁਸੀਂ ਆਪ ਦੇਖ ਸਕਦੇ ਹੋ, ਜਿੱਥੇ ਕਿ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੈ, ਕਿਉਂਕਿ ਇਸ ਦਰ 'ਤੇ ਹਰ ਐਤਵਾਰ ਨੂੰ ਚੁਪਹਿਰਾ ਜਾਪ ਕਰਨ ਲਈ ਦੂਰੋਂ ਦੂਰੋਂ ਸੰਗਤਾਂ ਹਾਜ਼ਰੀ ਭਰਨ ਲਈ ਪਹੁੰਚਦੀਆਂ ਨੇ। ਜਿੱਥੇ ਵੀ ਜਿਸ ਨੂੰ ਜਗ੍ਹਾ ਮਿਲਦੀ ਹੈ ਇੱਥੇ ਆ ਕੇ ਬਾਣੀ ਸਰਵਣ ਕੀਤੀ ਜਾਂਦੀ ਹੈ, ਪੜ੍ਹੀ ਜਾਂਦੀ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸੇਵਾਦਾਰ ਸੇਵਾ ਕਰ ਰਹੇ ਨੇ, ਜਿਵੇਂ ਜੋਤ ਦੇ ਵਿੱਚ ਛੋਟੇ ਛੋਟੇ ਲਿਫਾਫੇ ਪਾ ਕੇ ਸੰਗਤ ਨੂੰ ਦਿੱਤੇ ਜਾਂਦੇ ਨੇ। ਸੋ ਗੱਲਬਾਤ ਕਰਾਂਗੇ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਜਿਹੜਾ ਕਿ ਜੋਤ ਦੇ ਵਿੱਚ ਘਿਓ ਪਾਉਣ ਦੀ ਸੇਵਾ ਕੀਤੀ ਜਾਂਦੀ, ਕੀ ਕਹਿਣਾ ਚਾਹੋਗੇ ਸੰਗਤ ਦੀਆਂ ਕਿੰਨੀਆਂ ਕੁ ਮੁਰਾਦਾਂ ਜਿਹੜੀਆਂ ਕਿ ਭਾਵਨਾ ਇੱਥੇ ਜੁੜੀਆਂ ਹੋਈਆਂ ਨੇ ਪੂਰੀਆਂ? ਵੇਖੋ ਜੀ, ਜਿੰਨੇ ਵੀ ਇੱਥੇ ਪੇਸ਼ੈਂਟ ਆਉਂਦੇ ਨੇ, ਜਿੰਨੇ ਹੋਸਪਿਟਲ ਜਿੰਨੇ ਪੇਸ਼ੈਂਟ ਆਉਂਦੇ ਨੇ, ਉਹ ਸਾਰੇ ਇੱਥੋਂ ਪ੍ਰਸ਼ਾਦ ਲੈ ਕੇ ਜਾਂਦੇ ਨੇ, ਉਹ ਸਾਰੇ ਇੱਥੋਂ ਪ੍ਰਸ਼ਾਦ ਲੈ ਕੇ ਜਾਂਦੇ ਨੇ, ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਜਿੰਨੇ ਵੀ ਆਉਂਦੇ ਨੇ ਪੇਸ਼ੈਂਟ ਆਉਂਦੇ ਨੇ, ਕਾਫੀ ਫੋਰਨ ਤੋਂ ਆ ਰਹੇ ਨੇ, ਠੀਕ ਆ ਜੀ, ਉਹ ਸਾਰੇ ਆਣ ਕੇ ਇਹਦੇ ਇੱਥੋਂ ਪ੍ਰਸ਼ਾਦ ਲੈ ਕੇ ਜਾਂਦੇ ਨੇ, ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ। ਬਾਬਾ ਜੀ ਦੀ ਮਿਹਰ ਦਾ ਸਦਕਾ ਅਸੀਂ 25-30 ਸਾਲ ਮੈਨੂੰ ਚੁਪਹਿਰਾਂ ਕੱਢਦਿਆਂ ਹੋ ਗਿਆ ਜੀ। ਸਾਰੇ ਸੰਗੀ ਜਿੰਨੇ ਵੀਰ ਸਾਡੇ ਲੱਗੇ ਨੇ, ਸਾਰਿਆਂ ਨੂੰ ਕੋਈ ਨੂੰ 10 ਸਾਲ ਹੋ ਗਏ, ਕਿਸੇ ਨੂੰ 12 ਸਾਲ ਹੋ ਗਏ ਨੇ, ਠੀਕ ਆ ਜੀ, ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ, ਬਾਬਾ ਜੀ ਨੇ ਸਭ ਕੁਝ ਦੇ ਦਿੱਤਾ। ਜਿਵੇਂ ਕਿ ਸੰਗਤ ਘਿਓ ਲੈ ਕੇ ਜਾਂਦੀ ਹੈ, ਫਿਰ ਇਹਨੂੰ ਕਿਵੇਂ ਵਰਤਿਆ ਜਾਂਦਾ? ਇਹ ਜੀ ਮਤਲਬ ਕਿ ਇਸ ਤਰ੍ਹਾਂ ਪੇਸ਼ੈਂਟ ਹੁੰਦੇ ਆ ਕਈਆਂ ਦੇ ਘਰ 'ਚ, ਲੋਕਾਂ ਦੀਆਂ ਦਰਦਾਂ ਸਹੀ ਹੁੰਦੀਆਂ ਨੇ, ਠੀਕ ਆ ਜੀ, ਦਰਦਾਂ ਸਹੀ ਹੁੰਦੀਆਂ ਨੇ, ਔਰ ਕਈ ਪੇਸ਼ੈਂਟ ਮਤਲਬ ਕਿ ਇੱਥੋਂ ਤੱਕ ਵੀ ਡਾਕਟਰ ਹੈਰਾਨ ਹੋ ਗਏ ਨੇ, ਵੀ ਡਾਕਟਰ ਵੀ ਹੈਰਾਨ ਹੋ ਗਏ ਨੇ ਵੀ ਇਹ ਜੋਧੇ ਘਿਓ ਦੇ ਵਿੱਚ ਕੀ ਆਪਣਾ ਸ਼ਕਤੀ ਵਰਤਦੀ ਆ, ਠੀਕ ਆ ਜੀ। ਪੇਸ਼ੈਂਟ ਲਾਉਂਦੇ ਨੇ ਪ੍ਰਸ਼ਾਦ, ਠੀਕ ਹੋਈ ਜਾਂਦੇ ਨੇ। ਜਿਵੇਂ ਕਿ ਸੰਗਤ ਦੀ ਆਸਥਾ ਜੁੜੀ ਹੁੰਦੀ ਹੈ ਵੱਡੀ ਗਿਣਤੀ ਵਿੱਚ, ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਉਂਦੀ ਹੈ, ਦੇਖ ਸਕਦੇ ਹਾਂ ਕਿ ਕਿਤੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ, ਬੜੀ ਆਸਥਾ ਹੈ, ਅਤੇ ਜਿਵੇਂ ਕਿ ਮਨੋਮਰਾਦਾਂ ਪੂਰੀਆਂ ਹੁੰਦੀਆਂ ਨੇ, ਅਤੇ ਜਿਵੇਂ ਇੱਥੇ ਆ ਕੇ ਜਿਵੇਂ ਲਾਈਨ 'ਚ ਲੱਗ ਕੇ ਘਿਓ ਪਾਉਂਦੀਆਂ ਨੇ ਸੰਗਤਾਂ, ਕੀ ਕਹਿਣਾ ਚਾਹੋਗੇ ਕਿ ਹਰ ਐਤਵਾਰ ਨੂੰ ਸੰਗਤ ਜਿਹੜੀ ਕਿ ਵੱਧਦੀ ਜਾ ਰਹੀ ਹੈ? ਵੇਖੋ ਜੀ, ਇਹਦੇ ਸੰਗਤ ਦੀ ਭਾਵਨਾ ਵਾ, ਤੁਸੀਂ ਵੇਖੋ ਇੰਨਾ ਇਕੱਠ ਆ ਜੀ, ਇੰਨਾ ਇਕੱਠ ਆ ਇੱਥੇ, ਇੰਨਾ ਇਕੱਠ ਹੁੰਦੇ ਬਾਵਜੂਦ ਵੀ ਸੰਗਤ ਲੈਣ 'ਚ ਆਣ ਕੇ ਪ੍ਰਸ਼ਾਦ ਆਪਣਾ ਪ੍ਰਸ਼ਾਦ ਲੈ ਰਹੀ ਆ, ਇਹ ਸੰਗਤ ਦੀ ਭਾਵਨਾ ਵਾ। ਇੱਥੇ ਤੁਸੀਂ ਵੇਖੋ ਇੰਨੀ ਸੰਗਤ ਦਾ ਕੋਈ ਹੁਲੜਬਾਜ਼ੀ ਨਹੀਂ ਹੈਗੀ, ਨਹੀਂ ਤਾਂ ਕਈ ਮੇਲਿਆਂ 'ਤੇ ਜਾਂਦੇ ਆਪਾਂ, ਕਈ ਥਾਵਾਂ 'ਤੇ ਜਾਂਦੇ ਹਾਂ ਜੀ, ਉੱਥੇ ਆਮ ਜਿੰਨੇ ਵੀ ਹੁੰਦੇ ਆ ਨਾ, ਸਾਰੇ ਹੁੱਲੜਬਾਜ਼ੀ ਹੁੱਲੜਬਾਜ਼ ਹੁੰਦੇ ਆ, ਮੰਡੀਰ ਹੁੱਲੜਬਾਜ਼ੀ ਕਰਦੀ ਆ, ਇੱਥੇ ਆਣ ਕੇ ਐਂ ਸ਼ਾਂਤ ਆ,
ਬਾਬਾ ਜੀ ਦੀ ਸ਼ਕਤੀ ਪ੍ਰਤੱਖ ਵਰਤਦੀ ਆ ਜੀ, ਬਾਬਾ ਜੀ ਦੀ ਸ਼ਕਤੀ ਪ੍ਰਤੱਖ ਵਰਤਦੀ ਆ, ਇਹ ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਜੀ।